ਹਾਂਜੀ ਦੋਸਤੋ, ਮੈਂ ਮਨਦੀਪ ਸਿੰਘ ਦਲਿਆਓ ਮੋਹਰਾ ਡੇਅਰੀ ਫਾਰਮ ਯੂਟਿਊਬ ਚੈਨਲ 'ਤੇ ਸਵਾਗਤ ਆ ਸਾਰਿਆਂ ਦਾ। ਅੱਜ ਆਪਾਂ ਪਿੰਡ ਠੂਠਿਆਂ ਵਾਲੀ ਮਾਨਸਾ ਕੈਂਚੀਆਂ ਦੇ ਬਿਲਕੁਲ ਨਾਲ ਹੀ ਰਹਿੰਦਾ ਮੇਨ ਰੋਡ 'ਤੇ ਪਿੰਡ, ਇਹ ਕਾਲਾ ਨਵਾਂ ਵੀਰ ਦਾ ਪਹਿਲੇ ਸੂਏ ਝੋਟੀ ਆ, ਪੂਰੇ ਖੁੱਲ੍ਹੇ ਕਰ ਦਿੱਤੀ ਆ ਅਤੇ ਮਹੀਨੇ ਤੋਂ ਉੱਤੇ ਹੋ ਗਈ ਉਹ, ਇੱਕ ਦੋ ਦਿਨ ਸੂਈ ਹੋਈ, ਇਹ ਘੱਟ ਨਹੀਂ ਹੈਗੀ। 13 ਕਿਲੋ ਦੁੱਧ ਇਸ ਟਾਈਮ ਕੰਡੇ ਵਾਲਾ ਤਿਆਰ ਆ, ਮੂੰਹ ਦੀ 6 ਦੰਦ ਆ ਗਈ, ਇਹ ਛਿੱਗੀ ਝੋਟੀ ਆ, ਕੱਦ ਕੁੱਦ ਦੀ ਪੂਰੀ ਖੁੱਲ੍ਹੀ ਹੈਗੀ। 2 ਟਾਈਮ ਚਵਾਈ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ, ਬਾਕੀ ਥੋੜ੍ਹਾ ਥਣ ਮੂਹਰਲੇ ਥਣ ਵਿੰਗੇ ਕਰ ਦਿੰਦੀ ਆ ਪਸਮਾ ਕੇ, ਉਹ ਵੀ ਤੁਹਾਨੂੰ ਪਿੱਛੇ ਥੋੜ੍ਹੀ ਜਿਹੀ ਫੋਟੋ ਲਾਈ ਹੋਈ ਤੁਸੀਂ ਦੇਖ ਸਕਦੇ ਹੋ। ਪਿੱਠ ਪੁੜੇ ਦੀ ਪੂਰੀ ਸੋਹਣੀ ਆ ਝੋਟੀ, ਕੱਦ ਪੂਰਾ ਝੋਟੀ ਦਾ, 1,35,000 ਰੁਪਇਆ ਰੇਟ ਇਹਦਾ। ਰੇਟ ਲਗਭਗ ਵੀਰ ਨੇ ਲੈਣ ਦੇਣ ਜਾਲਾ ਕਰਿਆ, ਉਹ 5-4 ਹਜ਼ਾਰ ਉਹਨਾਂ ਆਪਣਾ ਮਾਣ ਤਾਣ ਵੀ ਖੈਰ ਕਰ ਦੂਗਾ। ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ, ਸਕਰੀਨ 'ਤੇ ਨੰਬਰ ਚੱਲ ਰਿਹਾ ਹੈਗਾ। ਪਿੰਡ ਠੂਠਿਆਂ ਵਾਲੀ, ਇਹ ਮਾਨਸਾ ਦੇ ਬਿਲਕੁਲ ਨਾਲ ਹੀ ਹੈ ਨਾ, ਮਾਨਸਾ ਕੈਂਚੀਆਂ ਦੇ ਨਾਲ ਬਿਲਕੁਲ, ਪੂਰਾ ਖੁੱਲ੍ਹਾ ਕਰਦਾ, ਸਾਫ਼ ਉੱਡਰਾ ਝੋਟੀ ਦੀ, ਚਵਾਈ ਪੂਰੀ ਟੋਪ ਦੀ ਹੈ, ਚਵਾਈ ਵੀ ਕਰੀ ਹੋਈ ਆਪਾਂ, ਚਵਾਈ ਪੂਰੀ ਟੋਪ ਦੀ ਹੈ ਝੋਟੀ ਦੀ। ਥਣ ਜ਼ਰੂਰ ਥੋੜ੍ਹਾ ਜਿਹਾ ਵਿੰਗਾ ਕਰ ਜਾਂਦੀ ਆ, ਪਹਿਲਾ ਸੂਆ ਗਾ, 13 ਕਿਲੋ ਦੁੱਧ ਹੁਣ ਕੰਡੇ ਵਾਲਾ ਤਿਆਰ ਹੋਊਗਾ। ਤੁਸੀਂ 2 ਟਾਈਮ ਵੀ ਆਪਣੀ ਤਸੱਲੀ ਕਰ ਸਕਦੇ ਹੋ, ਜਿਸ ਕਿਸੇ ਵੀਰ ਨੇ ਲੈਣੀ ਹੋਵੇ ਸਕਰੀਨ 'ਤੇ ਨੰਬਰ ਚੱਲ ਰਿਹਾ, ਕੰਟੈਕਟ ਕਰ ਸਕਦੇ ਹੋ। ਬਾਕੀ ਆਪਣੇ ਕੋਲ ਵੀ ਮੱਝਾਂ ਹੁੰਦੀਆਂ, ਆਪਣੇ ਕੋਲ ਕੱਲ੍ਹ 3 ਤਰੀਕ ਅਤੇ 2 ਤਰੀਕ ਦੀ ਰਾਤ ਨੂੰ ਆਈਆਂ ਸੀ, ਅਤੇ ਕੱਲ੍ਹ 3 ਤਰੀਕ ਨੂੰ ਦੋਨੇ ਮੱਝਾਂ ਵਿਕ ਗਈਆਂ ਆਪਣੇ ਕੋਲ, ਖੜਦੀਆਂ ਨੇਗੀਆਂ ਰੋਜ਼ ਵਾਂਗੂ, 1-2 ਵਿਕ ਜਾਂਦੀਆਂ, ਅੱਜ ਹੋਰ ਆਉਣਗੀਆਂ ਮੱਝਾਂ, ਲੈ ਰੱਖੀਆਂ ਉੱਧਰ 2, ਵੀਡੀਓ ਪਾਉਣ ਦਾ ਮੌਕਾ ਮਿਲਦਾ ਨਹੀਂ। ਚਲੋ ਵੀਰ ਨੇ ਕਹਿਤਾ ਵੀ ਆਪਣੇ ਕੋਲ ਝੋਟੀਆਂ, ਮੈਂ ਚਲੋ ਆਪਾਂ ਵੀਡੀਓ ਪਾ ਦਿੰਦੇ ਹਾਂ, ਜੇ ਕੋਈ ਗਾਹਕ ਲੱਗ ਗਿਆ ਤਾਂ ਤੁਹਾਡੀ ਸੇਲ ਹੋ ਜੂਗੀ। ਅਤੇ ਥਣਾਂ ਦੀ ਆਪਾਂ ਥੋੜ੍ਹਾ ਜਿਹਾ ਥਣ ਪਸਮਾ ਕੇ ਜ਼ਰੂਰ ਵਿੰਗੇ ਕਰਦੀ ਆ ਮੂਹਰਲੇ, ਝੋਟੀ ਕੱਦ ਕੁੱਦ ਦੀ ਪੂਰੀ ਹੈ, ਚਵਾਈ ਚਵੂਈ ਦੀ ਪੂਰੀ ਸੋਹਣੀ ਹੈ ਝੋਟੀ, ਬੋਡੀ ਕਰੈਕਟਰ ਦੀ ਵੀ ਸੋਹਣੀ ਹੈ, ਚਵਾਈ ਦੀ ਵੀ ਪੂਰੀ ਚੰਗੀ ਆ। ਬਾਕੀ ਤੁਸੀਂ ਆਪਣੀ ਚੋ ਕੇ ਤਸੱਲੀ ਵੀ ਕਰ ਸਕਦੇ ਹੋ। ਥਣ ਆਪਾਂ ਸਕਰੀਨ 'ਤੇ ਥੋੜ੍ਹੀ ਜਿਹੀ ਫੋਟੋ ਵੀ ਲਾਈ ਹੋਈ ਹੈ ਜੀ, ਖਿੱਚ ਕੇ ਐਂ ਥਣ ਪਸਮਾ ਕੇ ਇਹ ਵਿੰਗਾ ਕਰ ਜਾਂਦੀ ਆ, ਉਹ ਤੁਸੀਂ ਆਪਣੀ ਤਸੱਲੀ ਕਰਕੇ ਲੈ ਸਕਦੇ ਹੋ। ਚਵਾਈ ਚਵੂਈ ਦੀ 1 ਨੰਬਰ ਆ, ਚੋਣ 'ਚ ਕੋਈ ਖੋਟੀ ਨਹੀਂ ਹੈਗੀ। ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ, ਸਕਰੀਨ 'ਤੇ ਨੰਬਰ ਚੱਲ ਰਿਹਾ ਹੈਗਾ। ਹੋਰ ਝੋਟੀ 'ਚ ਕੋਈ ਨੁਕਸ ਨਹੀਂ, ਥਣ ਜ਼ਰੂਰ ਥੋੜ੍ਹੇ ਜਿਹੇ ਮੂਹਰਲੇ ਵਿੰਗੇ ਕਰ ਜਾਂਦੀ ਆ ਪਸਮਾ ਕੇ, ਉਹ ਤੁਹਾਨੂੰ ਸਕਰੀਨ 'ਤੇ ਦਿਖ ਹੀ ਰਿਹਾ ਹੈਗਾ।